ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ ਯੂਟਿਊਬ ਚੈਨਲ ਢਿੱਲੋਂ ਡੇਅਰੀ ਫਾਰਮ ਬਰਨਾਲਾ ਦੇ ਵਿੱਚ। ਸੋ ਜਿਹੜੇ ਕਿਸਾਨ ਵੀਰ ਆਪਣੇ ਇਸ ਯੂਟਿਊਬ ਚੈਨਲ 'ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ, ਉਹਨਾਂ ਨੂੰ ਰਿਕੁਐਸਟ ਹੈ ਕਿ ਆਪਣੇ ਯੂਟਿਊਬ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ। ਸੋ ਕਿਸੇ ਵੀਰ ਨੇ ਇੱਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817। ਸੋ ਅੱਜ ਦੀ ਵੀਡੀਓ 'ਚ ਇੱਕ ਜਰਸੀ ਅਤੇ ਦੋ ਦਿਖਾਵਾਂਗੇ ਚਿਫ ਵਿਹੜਾਂ, ਤਿੰਨੇ ਗੱਭਣਾ ਸੂਣ ਨੂੰ ਰੈਡੀ ਆ, ਘਰ ਦੀਆਂ ਵਿਹੜਾਂਗੇ ਵੀਰ ਦੇ ਫਾਰਮ ਦੇ ਨਾਲ। 5-7 ਨਾਗ ਤੁਸੀਂ ਹੋਰ ਦੇਖ ਦੁੱਧ ਪਾਉਂਦੇ ਅਤੇ ਨਾਲ ਜਦੋਂ ਪਸ਼ੂ ਜੋੜ ਜਾਣ ਤਾਂ ਸੇਲ ਕਰ ਦਿੰਦੇ ਆ। ਸੋ 3 ਨਾਗ ਸੇਲ ਆ, ਡਿਟੇਲ ਇਕੱਲੇ ਇਕੱਲੇ ਬਾਰੇ ਪੁੱਛਦੇ ਆਓਗੇ। ਸਤਿ ਸ਼੍ਰੀ ਅਕਾਲ ਬਾਈ ਜੀ, ਵੀਰੇ ਨਾਮ ਐਡਰੈਸ ਦੱਸੋ ਜੀ ਆਪਣਾ। ਜ਼ਿਲ੍ਹਾ ਬਰਨਾਲਾ ਪੈ ਗਿਆ, ਤਪੇ ਦੇ ਨਜ਼ਦੀਕ ਆ ਗਏ, ਠੀਕ ਆ। ਮੋਬਾਈਲ ਨੰਬਰ ਜੀ ਆਪਣਾ 85-285-9046। ਅਤੇ ਜਿਹੜੇ ਆਪਾਂ ਵਿਹੜਾ ਦੇਖੇ ਨੇ ਫਿਰ ਦੁੱਧ ਪਾਉਣ ਦਾ ਕੰਮ ਕਰਦੇ ਜੀ ਆਪਾਂ, ਠੀਕ ਆ। ਮੰਨ ਲਾ 2-3 ਨਾਗ ਜੁੜ ਜਾਣ ਤਾਂ ਵੇਚ ਦਿੰਦੇ ਹਾਂ, ਹੈਨਾ, ਠੀਕ ਹੈ। ਜਿਹੜੇ ਆਪਾਂ ਪਹਿਲੇ ਨੰਬਰ 'ਤੇ ਜਰਸੀ ਦੇਖੀ ਜਾਂਦੇ ਬਾਈ ਜੀ, ਸੂਆ ਕਿਹੜਾ ਸੂੰਦੀ ਹੈ? ਪਹਿਲਾ ਸੂਆ ਪਲੂਨ, ਹੈ ਨਾ, ਕੈ ਦਿਨ ਬਾਕੀ ਆ ਸੂਣ 'ਚ? 15-17 ਦਿਨ ਇਹਦੇ ਬਾਕੀ ਪਏ ਆ, ਦਿਨ ਜਮ੍ਹਾਂ ਕਾਪੀ 'ਤੇ ਨੋਟ ਆਪਣੇ ਜਿਹੜਾ ਇਹਦੇ ਸੀਮਨ ਲੱਗਿਆ ਹੋਇਆ, ਕਿਹੜੇ ਦੀ ਆਪਾਂ ਡਾਕਟਰ ਕੋਲ ਕਾਪੀ 'ਤੇ ਸਾਰਾ ਨੋਟ ਆ, ਆਪਾਂ ਫੋਨ ਲਾਇਆ, ਡਾਕਟਰ ਨੇ ਫੋਨ ਨਹੀਂ ਚੱਕਿਆ ਗਿਆ, ਹੈ ਨਾ, ਡਾਕਟਰ ਨਾਲ ਗੱਲ ਹੋਈ ਸੀ, ਫਿਰ ਗੱਲ ਕਰਦੇ, ਠੀਕ ਹੈ। ਅਤੇ ਵੀ ਕਿਹੜੇ ਸੀਮਨ ਦੀ ਹੈਗੀ ਹੈ, ਕਿਹੜਾ ਅੱਗੇ ਲੱਗਿਆ ਵਾ, ਹੈ ਨਾ, ਇਹਦੀ ਮਾਂ ਆਪਣੇ ਕੋਲ ਸੀਗੀ ਜਾਂ ਆਪਾਂ ਮੰਨ ਕੇ ਚਲੋ? ਕਿੰਨਾ ਕੁ ਦੁੱਧ ਦਿੰਦੀ ਸੀ ਉਹ? ਮੰਨ ਕੇ ਚਲੋ ਵੀ 24 ਕਿਲੋ ਵਾਲੀ ਬੈਠਦੀ ਵੱਛੀ ਹੈਗੀ ਹੈ, ਅੰਦਾਜ਼ਾ ਦੁੱਧ ਕਿੰਨਾ ਕੁ ਪਾ ਦੂਗੀ ਜੀ? ਅੰਦਾਜ਼ਾ ਜੀ ਦੇਖੋ ਹਲੇ ਕੀ ਪਾ ਦੂਗੀ, ਹਲੇ ਤਾਂ ਵੀ 20 ਕਿਲੋ ਦਾ ਜੀ ਮੰਨ ਕੇ ਜਾਂਦਾ, ਜੇ 20 ਕਿਲੋ ਨਾਲ ਦੁੱਧ ਤਾਂ ਫਿਰ ਕੀ ਫਾਇਦਾ ਜੀ? ਮੰਨ ਕੇ ਜੇ ਆਪਣਾ ਮੰਨ ਕਹਿੰਦੇ 20 ਤੋਂ ਪਾਰ ਹੈਗੀ ਹੈ, ਪਰ ਲੈਣ ਵਾਲਾ 20 ਮੰਨ ਕੇ ਲੈ ਲੇ? ਹਾਂ ਜੀ 20 ਮੰਨ ਕੇ ਅਸੀਂ ਘਟਾ ਦਾਂਗੇ ਜੀ 20 ਇੱਥੇ। ਮੁੱਲ ਇਹਦਾ ਕੀ ਰੱਖਿਆ ਆਪਾਂ? ਮੁੱਲ ਉਹਦਾ ਜੀ ਦੇ ਲੈਣ 1,15,000 ਗੁਜਾਇਸ਼ ਮਾੜੀ ਮੋਟੀ ਕਰ ਦਾਂਗੇ ਤੋਰੀ ਬਾਹਰ ਨੂੰ। ਸੋ ਬਰੋ ਫੇਸ ਕੁਆਲਿਟੀ ਵਗੈਰਾ ਦੇਖ ਸਕਦੇ, ਪਿਓਰ ਅਸਲ ਪੰਜਾਬ ਵਾਲੀ ਜਰਸੀ ਜਿਹਨੂੰ ਕਹਿੰਦੇ ਆ, ਕਿਹੜੇ ਸੀਮਨ ਦੀ ਹੈਗਾ ਅਤੇ ਕਿਹੜਾ ਲੱਗਿਆ ਬਾਇਓਡਾਟਾ ਸਾਰਾ ਮਿਲੂ, ਪੂਰੀ ਰਾਜੀ ਸੰਭੀ ਵਾਲੀ ਵੀ ਜਿਹਨੂੰ ਕਹਿੰਦੇ ਚਾਪੜ ਵਰਗੀ ਬਹਿੜਾ ਜਮਾ, ਪਹਿਲਾ ਸੂਆ ਪਲੂਣ ਸੁਣਦੀ ਆ। ਅਤੇ ਬਾਈ ਜੀ ਦੰਦ ਤਾਂ ਨਹੀਂ ਦੇਖੇ ਇਹਦੇ ਆਪਾਂ? ਕਿੰਨੀ ਗੋਬਰ ਅੰਦਾਜ਼ਾ ਇਹਦੀ? ਲਗਭਗ ਜਾਂ ਤਾਂ ਖੀਰੀ ਹੋਊਗੀ ਜਾਂ ਦੋਂਦੀ ਹੋਊ, ਬਸ ਇੱਥੇ ਕਿਤੇ ਹੋਊਗੀ ਇਹ। ਸੋ ਦੰਦ ਇਹਦੇ ਦੇਖੇ ਨਹੀਂ ਕਿ ਖੀਰੀ ਜਾਂ ਦੋਂਦੀ ਇੰਨੀ ਹੋਈ, ਤਾਂ ਬੋਡੀ ਸਟਰਕਚਰ ਵੀ ਦੱਸਦਾ ਪਿਆ ਜ਼ਿਆਦਾ ਇਹਦੀ ਵੱਡੀ ਹੋਣੀ ਨਹੀਂ, ਅਤੇ ਬੱਚੀ ਪੂਰੀ ਸਾਫ਼ ਸੁਥਰੀ ਆ। ਅਤੇ 15 ਦਿਨ ਅਜੇ ਇਹਦੇ ਸੂਣ ਦੇ ਵਿੱਚ ਪੈਂਡਿੰਗ ਪਏ ਹੈਗੇ, 20 ਕਿਲੋ ਵੀ ਦੱਸਦਾ ਕਿ ਮੰਨ ਕੇ ਦੁੱਧ ਇਹਨੂੰ ਪਰਚੇਜ਼ ਕਰ ਸਕਦੇ ਹੋ। ਅਤੇ ਚੰਗੀ ਰਾਜੀ ਸੰਭੀ ਬੜੀ ਵੀ ਸਾਫ਼ ਸੁਥਰੀ ਹੈ ਬੈੱਡ, ਕਿਸੇ ਪਾਸੇ ਲਿੱਸੀ ਨਹੀਂ। ਸੋ ਹਵਾਨਾ ਨੇੜ ਤੋਂ ਦੇਖ ਸਕਦੇ ਹੋ, ਸੋਹਣਾ ਸਾਫ਼ ਸੁਥਰਾ, ਬਾਕੀ ਠੰਡੀ ਸੀਲ ਦਾ ਕੋਈ ਅੰਤ ਨਹੀਂ, ਓਕੇ ਪੂਰੀ ਜਮਾਂ। ਸੋ ਦੇਖ ਸਕਦੇ ਹੋ ਚਾਰੇ ਥਾਂ ਨਿਕਲਣ ਵਿੱਚ ਸਾਫ਼ ਸੁਥਰੀ। ਮੇਨ ਗੱਲ ਦੇਖੀਏ, ਚਾਰੂ ਪੂਰੀ ਫੁੱਲ ਆ ਬਾਈ ਜੀ, ਹੈ ਨਾ, ਜਿਹੜਾ ਉਹ ਮਰਜ਼ੀ ਪਾ ਤੋਂ ਖਾਂਦੀ ਹੈ ਤਾਂ ਜੋ ਇਹਦਾ ਚੰਗਾ ਬੋਡੀ ਵੇਟ ਗੇਨ ਕਰਿਆ ਵਾ। 1,15,000 ਰੁਪਇਆ ਵੱਛੀ ਦੇ ਇਹਦੀ ਕੀਮਤ ਆ ਗਈ। ਅਤੇ ਬਾਈ ਜੀ ਦੂਜੇ ਨੰਬਰ ਆਪਾਂ ਜਿਹੜੀ ਇਹ ਬੈਠ ਦੇਖੀ ਜਾਂਦੇ, ਸੂਆ ਕਿਹੜਾ ਸੁਣਦੀ ਹੈ ਜੀ? ਦੂਜਾ ਸੂਆ ਸੁਣਦੀ ਹੈ। ਅਤੇ ਕੈਕ ਦਿਨ ਲੈਂਦੀ ਹੈ ਜੇ? 15 ਤੋਂ ਵਿੱਚ ਵਿੱਚ ਸੂਪ ਹੋਊਗੀ। ਪਹਿਲੇ ਸੂ ਆਪਣੇ ਕੋਲ ਹੀ ਸੀ, ਕਿੰਨਾ ਦੁੱਧ ਚੋਇਆ ਇਹਦਾ ਆਪਾਂ? ਚੋਇਆ ਪਹਿਲੇ ਸੂ, ਠੀਕ ਹੈ। ਅਤੇ ਹੁਣ ਦਿਨ ਰਹਿ ਗਏ 15, ਕੀ ਮਨ ਕੀ ਕਹਿੰਦਾ? ਉਦੋਂ ਜਦੋਂ ਪਿਛਲੀ ਵਾਰ 30 ਕਿਲੋ ਚੋਇਆ, ਗਰਮੀ ਸੀ ਜਾਂ ਸਿਆਲ ਸੀ? ਠੀਕ ਹੈ, ਮਨ ਸਰਦੀਆਂ ਸੂਈ ਸੀ ਆਪਾਂ, ਠੀਕ ਹੈ। ਮਨ ਕਹਿੰਦੇ ਵੀ 30 ਕਿਲੋ ਮੰਨ ਕੇ ਬੰਦਾ ਲੈ ਲੇ। ਅਤੇ ਥਣਾਂ ਦੀ ਚਾਰਾਂ ਦੀ ਓਕੇ ਹੈ? ਇਹਦਾ ਮੁੱਲ ਆਪਾਂ ਕੀ ਰੱਖਿਆ ਜੀ? ਤੋਰੇ ਬਾਹਰ ਨੂੰ ਸੁਭਰੋ ਕੱਦ ਕਾਠ ਵਗੈਰਾ ਦੇ ਹਵਾਨਾ ਵਗੈਰਾ ਬੈਠਦਾ ਦੇਖ ਸਕਦੇ ਹੋ। ਅਤੇ ਬਾਕੀ ਫੇਸ ਕੁਆਲਿਟੀ ਵਗੈਰਾ ਦੇਖੋ, ਚੰਗੀ ਪਿਓਰ। ਅਤੇ ਉਹ ਥਣ ਦੇਖੋ, ਸੋਹਣਾ ਗੁੱਲੇ ਵਾਲਾ, ਹੱਥੀ ਚੁਆਈ ਕਰ ਲਈ ਚਾਹੇ ਆਪਾਂ ਮਸ਼ੀਨੀ, ਦੋਨੇ ਟੈਪ ਦਾ ਥਣ ਲੱਗਿਆ ਵਾ। 15
12 ਤੋਂ 15 ਦਿਨ ਪੈਂਡਿੰਗ ਪਏ ਆ। 1,15,000 ਰੁਪਈਆ ਵੱਛੀ ਦੀ ਕੀਮਤ ਆ ਦੂਆ ਸੂਆ ਸੂਣ ਨੂੰ। ਇਹਦਾ ਬਾਇਓਡਾਟਾ ਸਾਰਾ ਮਿਲੂਗਾ ਜੀ ਆਪਾਂ ਨੂੰ, ਠੀਕ ਹੈ। ਸੋ ਬਾਇਓਡਾਟਾ ਸਾਰਾ ਤੁਹਾਨੂੰ ਮਿਲੂਗਾ ਅਤੇ ਡਾਕਟਰ ਕੋਲ ਸਾਰਾ ਕੁਝ ਏ ਟੂ ਜੈਡ ਕਾਪੀ ਅਤੇ ਗੱਲਾਂ ਨੋਟ ਆ ਸਾਰੀਆਂ। ਅਤੇ ਅੱਗੇ ਬਾਈ ਜੀ ਤੀਜੇ ਨੰਬਰ 'ਤੇ ਜਿਹੜੀ ਦੇਖੀ ਜਾਂਦੇ ਆਪਾਂ, ਮਹੀਨਾ ਸੂਣ 'ਚ ਬਾਕੀ ਇਹਦਾ, ਹੈ ਨਾ। ਇਹ ਕਿਹੜਾ ਸੂਆ ਸੂਦੀ ਹੈ ਜੀ? ਦੂਜਾ ਸੂਆ। ਅਤੇ ਇਹਨੇ ਆਪਾਂ ਨੂੰ ਪਹਿਲਾਂ ਨੇ ਦੁੱਧ ਕਿੰਨਾ ਦਿੱਤਾ ਜੀ? 26-27 ਲੀਟਰ। ਅਤੇ ਡਰਾਈ ਕਰੀ ਨੂੰ ਟਾਈਮ ਕਿੰਨਾ ਹੋ ਗਿਆ ਇਹਨੂੰ? 2.5 ਮਹੀਨੇ ਲਗਭਗ, ਮੰਨ ਕੇ ਚਲੋ ਵੀ 3 ਮਹੀਨੇ ਦਾ ਫਾਸਲਾ ਪਾ ਤਾ, ਠੀਕ ਹੈ। ਕਿੰਨਾ ਦੁੱਧ ਪਾ ਦੂ ਐਤਕੀ? ਇਹ ਠੀਕ ਹੈ, ਮੰਨ ਕੇ ਚੱਲੇ ਵੀ 30 ਦੇ ਆਸ ਪਾਸ ਵਾਲੀ ਹੈਗੀ ਹੈ। ਇਹਦਾ ਭਾਅ ਕੀ ਹੈ ਜੀ? ਧੋਰੀ ਬਾਹਰ ਨੂੰ। ਸੋ ਮਤਲਬ ਤੀਜੇ ਨੰਬਰ ਵਾਲੀ ਵਿਆਹ ਦੇਖ ਸਕਦੇ, ਦੂਜਾ ਸੂਆ ਸੂੰਦੀ ਆ, ਪੂਰਾ ਸਹੀ, 1 ਮਹੀਨਾ ਪੈਂਡਿੰਗ ਪਿਆ। ਰਾਜੀ ਸਮੀ ਪਲੀ ਵੀ ਬਹੁਤ ਜ਼ਿਆਦਾ ਆ। ਸੋ ਬਾਲਟੀ ਨਾਲ ਦੇਖੋ, ਕਾਫੀ ਆ ਹਵਾਨੇ 'ਤੇ, ਅਤੇ ਰਾਜੀ ਰੂਜੀ ਫੁੱਲਾਂ ਲਿਸੀ ਕਿਸੇ ਪਾਸੇ ਨੂੰ। ਅਤੇ ਤੀਜੇ ਨੰਬਰ 'ਤੇ 1 ਮਹੀਨਾ ਸੂਣ 'ਚ ਬਾਕੀ, 25 ਤੋਂ ਪਾਰ ਦੁੱਧ ਦਾ ਦੂਜੇ ਸੂਏ ਦਿੱਤਾ ਹੋਇਆ। ਸੋ ਨਾਗ ਦਿਖਾ ਦਿਓ 3, ਅਤੇ ਪਹਿਲੇ ਨੰਬਰ 'ਤੇ ਜਿਹੜੀ ਜਰਸੀ ਦਿਖਾਈ ਆ, ਮੁੰਦਰ ਦਾ ਨਗੀਨੇ ਹੀ ਆ ਜਾਵਾਂ, ਸਾਫ਼ ਸੁਥਰੇ ਘਰ ਦੀਆਂ ਵਿਹੜਾਂ ਗੀਆਂ, ਕੋਈ ਵਪਾਰ ਦਾ ਕੰਮ ਨਹੀਂ, ਪਿੰਡ ਢਿੱਲਵਾਂ, ਜ਼ਿਲ੍ਹਾ ਬਰਨਾਲਾ, ਤਪੇ ਦੇ ਨਜ਼ਦੀਕ ਆ ਗਏ। ਅਤੇ ਬਾਈ ਜੀ ਨੰਬਰ ਬੋਲਿਓ ਦੁਬਾਰੇ ਆਪਣਾ। 85-282-90-06। ਸੋ ਵੀਡੀਓ ਦੇਖਣ ਲਈ ਸਭ ਦਾ ਤਹਿ